ਸਿੱਧੂ ਮੂਸੇਵਾਲਾ ਬਹੁਤ ਹੀ ਲੋਕਾਂ ਦਾ ਫੇਵਰੇਟ ਸੀਗਾ, ਮਤਲਬ ਹੀ ਹੈਡ ਮਾਸਿਵ ਫੈਨ ਫੋਲੋਇੰਗ, ਤੇ ਉਸਦਾ ਜਿਸ ਤਰ੍ਹਾਂ ਹੀ ਵੈਂਟ ਅਵੇ ਇਟ ਵਾਜ਼ ਵੈਰੀ ਟ੍ਰੈਜਿਕ, ਮਤਲਬ ਆਈ ਥਿੰਕ ਸਾਰੇ ਲੋਕਾਂ ਨੂੰ ਹੀ ਉਹਨਾਂ ਦੇ ਜੋ ਉਹਦੇ ਫੈਨ ਨਹੀਂ ਵੀ ਸੀ ਉਹਨਾਂ ਨੂੰ ਵੀ ਸ਼ਾਇਦ ਬੁਰਾ ਲੱਗਿਆ, ਬਹੁਤ ਬੁਰਾ ਲੱਗਿਆ, ਔਰ ਜਦੋਂ ਹੁਣ ਉਹਨਾਂ ਦੇ ਪੇਰੈਂਟਸ ਨੂੰ ਦੇਖ ਕੇ ਆਈ ਥਿੰਕ ਸਭ ਨੂੰ ਇੱਕ ਤਰ੍ਹਾਂ ਦੀ ਹਮਦਰਦੀ, ਇੱਕ ਦੁੱਖ ਮਹਿਸੂਸ ਹੁੰਦਾ ਰਿਹਾ। ਸੋ ਉਹਨਾਂ ਦੇ ਘਰ ਵਿੱਚ ਉਹ ਦੁਬਾਰਾ ਉਹ ਹੈਪੀਨੈਸ ਆਈ ਹੈ, ਤਾਂ ਆਈ ਥਿੰਕ ਉਹਨਾਂ ਦੀ ਖੁਸ਼ੀ ਨੂੰ ਦੇਖ ਕੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ। ਰੀਸੈਂਟਲੀ ਜਿਹੜਾ ਕੱਲ ਹੈ ਨਾ ਸਿੱਧੂ ਮੂਸੇਵਾਲਾ ਜੀ ਦੇ, ਹੈ ਨਾ, ਉਹਨਾਂ ਦੀ ਫੈਮਿਲੀ 'ਚ ਸਿੱਧੂ ਮੂਸੇਵਾਲਾ ਬ੍ਰਦਰ ਆਇਆ ਆ, ਇਸ ਚੀਜ਼ ਦੀ ਪੂਰੇ ਪੰਜਾਬ 'ਚ ਬਹੁਤ ਜ਼ਿਆਦਾ ਖੁਸ਼ੀ ਹੈ। ਲਾਈਕ ਆਈ ਥਿੰਕ ਇਹ ਚੀਜ਼ ਬਹੁਤ ਇੱਕ ਨਵੀਂ ਲੱਗ ਰਹੀ ਹੈ, ਕਿਉਂਕਿ ਕਦੀ ਵੀ ਇੱਦਾਂ ਜਦੋਂ ਬੱਚਾ ਜੰਮਦਾ ਹੈ ਨਾ, ਇੱਕ ਤਰ੍ਹਾਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਹਰ ਕਿਸੇ, ਹੈ ਨਾ, ਏਰੀਏ 'ਚ ਵੀ, ਸਪੈਸ਼ਲ ਪਿੰਡ 'ਚ ਵੀ। ਇਹ ਚੀਜ਼ ਤੁਹਾਨੂੰ ਕਿੰਨੀ ਕਿ ਉਹਨੂੰ, ਮੈਂ ਜ਼ਰੂਰ ਚਾਹੂੰਗਾ ਇਹਦੇ ਬਾਰੇ ਤੁਸੀਂ ਕੁਛ ਕਹੋ। ਦੇਖੋ ਜ਼ਰੂਰ, ਬਿਕੋਜ਼ ਸਿੱਧੂ ਮੂਸੇਵਾਲਾ ਬਹੁਤ ਹੀ ਲੋਕਾਂ ਦਾ ਫੇਵਰੇਟ ਸੀਗਾ, ਮਤਲਬ ਹੀ ਹੈਡ ਮਾਸਿਵ ਫੈਨ ਫੋਲੋਇੰਗ, ਤੇ ਉਸਦਾ ਜਿਸ ਤਰ੍ਹਾਂ ਹੀ ਵੈਂਟ ਅਵੇ ਇਟ ਵਾਜ਼ ਵੈਰੀ ਟ੍ਰੈਜਿਕ, ਮਤਲਬ ਆਈ ਥਿੰਕ ਸਾਰੇ ਲੋਕਾਂ ਨੂੰ ਹੀ ਉਹਨਾਂ ਦੇ ਜੋ ਉਹਦੇ ਫੈਨ ਨਹੀਂ ਵੀ ਸੀ ਉਹਨਾਂ ਨੂੰ ਵੀ ਸ਼ਾਇਦ ਬੁਰਾ ਲੱਗਿਆ, ਬਹੁਤ ਬੁਰਾ ਲੱਗਿਆ, ਔਰ ਜਦੋਂ ਹੁਣ ਉਹਨਾਂ ਦੇ ਪੇਰੈਂਟਸ ਨੂੰ ਦੇਖ ਕੇ ਆਈ ਥਿੰਕ ਸਭ ਨੂੰ ਇੱਕ ਤਰ੍ਹਾਂ ਦੀ ਹਮਦਰਦੀ, ਇੱਕ ਦੁੱਖ ਮਹਿਸੂਸ ਹੁੰਦਾ ਰਿਹਾ। ਸੋ ਉਹਨਾਂ ਦੇ ਘਰ ਵਿੱਚ ਉਹ ਦੁਬਾਰਾ ਉਹ ਹੈਪੀਨੈਸ ਆਈ ਹੈ, ਤਾਂ ਆਈ ਥਿੰਕ ਉਹਨਾਂ ਦੀ ਖੁਸ਼ੀ ਨੂੰ ਦੇਖ ਕੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ। ਸਪੈਸ਼ਲੀ ਨਾ ਇੱਕ ਆਸ, ਕਿਉਂਕਿ ਇਸ ਏਜ ਵਿੱਚ ਬਹੁਤ ਜ਼ਿਆਦਾ ਟਫ ਹੁੰਦਾ ਹੈ ਫੈਮਿਲੀ ਵਾਸਤੇ, ਸਾਰੇ ਰਿਲੇਟਿਵਸ ਵਾਸਤੇ, ਹੈ ਨਾ, ਇੱਕ ਹੋਪ ਅਲੱਗ ਤਰੀਕੇ ਦੀ, ਹੈ ਨਾ, ਲਿਆਉਣੀ, ਐਂਡ ਇੱਕ ਉਮੀਦ ਹੋਣੀ, ਇਹ ਚੀਜ਼ ਬਹੁਤ ਜ਼ਿਆਦਾ ਅਲੱਗ ਹੈ, ਖੁਸ਼ੀ ਹੈ ਨਾ। ਹਾਂਜੀ ਬਿਲਕੁਲ, ਪੰਜਾਬ ਆਪਾਂ ਸਾਰੇ ਵੈਸੇ ਵੀ ਬੜੇ ਪੋਜ਼ਿਟਿਵ ਲੋਕ ਹੁੰਦੇ ਹਾਂ, ਸੋ ਇੱਕ ਦੂਸਰੇ ਦੀ ਖੁਸ਼ੀ ਵਿੱਚ ਖੁਸ਼ ਹੋਣ ਵਾਲੇ ਲੋਕ ਹੁੰਦੇ ਹਾਂ। ਸੋ ਜਿਸ ਨੂੰ ਸਾਰੇ ਲੋਕ ਜਾਣਦੇ ਆ, ਜਦੋਂ ਕੋਈ ਸੈਲੀਬ੍ਰਿਟੀ ਹੁੰਦਾ ਹੈ ਉਹਦੇ ਨਾਲ ਕੁਛ ਅੱਛਾ ਹੁੰਦਾ, ਤਾਂ ਉਹਦੇ ਵਿੱਚ ਸਾਰੇ ਲੋਕ ਫਿਰ ਖੁਸ਼ੀ 'ਚ ਇਨਵੋਲਵ ਹੁੰਦੇ ਆ। ਸਿੱਧੂ ਮੂਸੇਵਾਲਾ ਬਹੁਤ ਹੀ ਲੋਕਾਂ ਦਾ ਫੇਵਰੇਟ ਸੀਗਾ, ਮਤਲਬ ਹੀ ਹੈਡ ਮਾਸਿਵ ਫੈਨ ਫੋਲੋਇੰਗ, ਤੇ ਉਸਦਾ ਜਿਸ ਤਰ੍ਹਾਂ ਹੀ ਵੈਂਟ ਅਵੇ ਇਟ ਵਾਜ਼ ਵੈਰੀ ਟ੍ਰੈਜਿਕ, ਮਤਲਬ ਆਈ ਥਿੰਕ ਸਾਰੇ ਲੋਕਾਂ ਨੂੰ ਹੀ ਉਹਨਾਂ ਦੇ ਜੋ ਉਹਦੇ ਫੈਨ ਨਹੀਂ ਵੀ ਸੀ ਉਹਨਾਂ ਨੂੰ ਵੀ ਸ਼ਾਇਦ ਬੁਰਾ ਲੱਗਿਆ, ਬਹੁਤ ਬੁਰਾ ਲੱਗਿਆ, ਔਰ ਜਦੋਂ ਹੁਣ ਉਹਨਾਂ ਦੇ ਪੇਰੈਂਟਸ ਨੂੰ ਦੇਖ ਕੇ ਆਈ ਥਿੰਕ ਸਭ ਨੂੰ ਇੱਕ ਤਰ੍ਹਾਂ ਦੀ ਹਮਦਰਦੀ, ਇੱਕ ਦੁੱਖ ਮਹਿਸੂਸ ਹੁੰਦਾ ਰਿਹਾ। ਸੋ ਉਹਨਾਂ ਦੇ ਘਰ ਵਿੱਚ ਉਹ ਦੁਬਾਰਾ ਉਹ ਹੈਪੀਨੈਸ ਆਈ ਹੈ, ਤਾਂ ਆਈ ਥਿੰਕ ਉਹਨਾਂ ਦੀ ਖੁਸ਼ੀ ਨੂੰ ਦੇਖ ਕੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ। ਰੀਸੈਂਟਲੀ ਜਿਹੜਾ ਕੱਲ ਹੈ ਨਾ ਸਿੱਧੂ ਮੂਸੇਵਾਲਾ ਜੀ ਦੇ, ਹੈ ਨਾ, ਉਹਨਾਂ ਦੀ ਫੈਮਿਲੀ 'ਚ ਸਿੱਧੂ ਮੂਸੇਵਾਲਾ ਬ੍ਰਦਰ ਆਇਆ ਆ, ਇਸ ਚੀਜ਼ ਦੀ ਪੂਰੇ ਪੰਜਾਬ 'ਚ ਬਹੁਤ ਜ਼ਿਆਦਾ ਖੁਸ਼ੀ ਹੈ। ਲਾਈਕ ਆਈ ਥਿੰਕ ਇਹ ਚੀਜ਼ ਬਹੁਤ ਇੱਕ ਨਵੀਂ ਲੱਗ ਰਹੀ ਹੈ, ਕਿਉਂਕਿ ਕਦੀ ਵੀ ਇੱਦਾਂ ਜਦੋਂ ਬੱਚਾ ਜੰਮਦਾ ਹੈ ਨਾ, ਇੱਕ ਤਰ੍ਹਾਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਹਰ ਕਿਸੇ, ਹੈ ਨਾ, ਏਰੀਏ 'ਚ ਵੀ, ਸਪੈਸ਼ਲ ਪਿੰਡ 'ਚ ਵੀ। ਇਹ ਚੀਜ਼ ਤੁਹਾਨੂੰ ਕਿੰਨੀ ਕਿ ਉਹਨੂੰ, ਮੈਂ ਜ਼ਰੂਰ ਚਾਹੂੰਗਾ ਇਹਦੇ ਬਾਰੇ ਤੁਸੀਂ ਕੁਛ ਕਹੋ। ਦੇਖੋ ਜ਼ਰੂਰ, ਬਿਕੋਜ਼ ਸਿੱਧੂ ਮੂਸੇਵਾਲਾ ਬਹੁਤ ਹੀ ਲੋਕਾਂ ਦਾ ਫੇਵਰੇਟ ਸੀਗਾ, ਮਤਲਬ ਹੀ ਹੈਡ ਮਾਸਿਵ ਫੈਨ ਫੋਲੋਇੰਗ, ਤੇ ਉਸਦਾ ਜਿਸ ਤਰ੍ਹਾਂ ਹੀ ਵੈਂਟ ਅਵੇ ਇਟ ਵਾਜ਼ ਵੈਰੀ ਟ੍ਰੈਜਿਕ, ਮਤਲਬ ਆਈ ਥਿੰਕ ਸਾਰੇ ਲੋਕਾਂ ਨੂੰ ਹੀ ਉਹਨਾਂ ਦੇ ਜੋ ਉਹਦੇ ਫੈਨ ਨਹੀਂ ਵੀ ਸੀ ਉਹਨਾਂ ਨੂੰ ਵੀ ਸ਼ਾਇਦ ਬੁਰਾ ਲੱਗਿਆ, ਬਹੁਤ ਬੁਰਾ ਲੱਗਿਆ, ਔਰ ਜਦੋਂ ਹੁਣ ਉਹਨਾਂ ਦੇ ਪੇਰੈਂਟਸ ਨੂੰ ਦੇਖ ਕੇ ਆਈ ਥਿੰਕ ਸਭ ਨੂੰ ਇੱਕ ਤਰ੍ਹਾਂ ਦੀ ਹਮਦਰਦੀ, ਇੱਕ ਦੁੱਖ ਮਹਿਸੂਸ ਹੁੰਦਾ ਰਿਹਾ। ਸੋ ਉਹਨਾਂ ਦੇ ਘਰ ਵਿੱਚ ਉਹ ਦੁਬਾਰਾ ਉਹ ਹੈਪੀਨੈਸ ਆਈ ਹੈ, ਤਾਂ ਆਈ ਥਿੰਕ ਉਹਨਾਂ ਦੀ ਖੁਸ਼ੀ ਨੂੰ ਦੇਖ ਕੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ। ਸਪੈਸ਼ਲੀ ਨਾ ਇੱਕ ਆਸ, ਕਿਉਂਕਿ ਇਸ ਏਜ ਵਿੱਚ ਬਹੁਤ ਜ਼ਿਆਦਾ ਟਫ ਹੁੰਦਾ ਹੈ ਫੈਮਿਲੀ ਵਾਸਤੇ, ਸਾਰੇ ਰਿਲੇਟਿਵਸ ਵਾਸਤੇ, ਹੈ ਨਾ, ਇੱਕ ਹੋਪ ਅਲੱਗ ਤਰੀਕੇ ਦੀ, ਹੈ ਨਾ, ਲਿਆਉਣੀ, ਐਂਡ ਇੱਕ ਉਮੀਦ ਹੋਣੀ, ਇਹ ਚੀਜ਼ ਬਹੁਤ ਜ਼ਿਆਦਾ ਅਲੱਗ ਹੈ, ਖੁਸ਼ੀ ਹੈ ਨਾ। ਹਾਂਜੀ ਬਿਲਕੁਲ, ਪੰਜਾਬ ਆਪਾਂ ਸਾਰੇ ਵੈਸੇ ਵੀ ਬੜੇ ਪੋਜ਼ਿਟਿਵ ਲੋਕ ਹੁੰਦੇ ਹਾਂ, ਸੋ ਇੱਕ ਦੂਸਰੇ ਦੀ ਖੁਸ਼ੀ ਵਿੱਚ ਖੁਸ਼ ਹੋਣ ਵਾਲੇ ਲੋਕ ਹੁੰਦੇ ਹਾਂ। ਸੋ ਜਿਸ ਨੂੰ ਸਾਰੇ ਲੋਕ ਜਾਣਦੇ ਆ, ਜਦੋਂ ਕੋਈ ਸੈਲੀਬ੍ਰਿਟੀ ਹੁੰਦਾ ਹੈ ਉਹਦੇ ਨਾਲ ਕੁਛ ਅੱਛਾ ਹੁੰਦਾ, ਤਾਂ ਉਹਦੇ ਵਿੱਚ ਸਾਰੇ ਲੋਕ ਫਿਰ ਖੁਸ਼ੀ 'ਚ ਇਨਵੋਲਵ ਹੁੰਦੇ ਆ।